ਰਾਤ ਨੂੰ ਸਰ ਇੱਕ ਹੀ ਬਾਈ ਦੀ ਦਰਮਿਆਨੀ ਰਾਤ ਨੂੰ ਇੱਕ ਇੰਡਸਇੰਡ ਬੈਂਕ ਜਿਹੜਾ ਕਿ ਪਿੰਡ ਦਾਰਾਪੁਰ ਦੇ ਵਿੱਚ ਹੈ, ਥਾਣਾ ਸਦਰ ਮੋਗੇ ਦੇ ਵਿੱਚ, ਉਹਦੇ ਵਿੱਚ ਇੱਕ ਚੋਰੀ ਹੋਈ ਸੀ ਜਿਹਦੇ ਵਿੱਚ ਕਿ 2 ਲੈਪਟਾਪ HP ਮਾਰਕਾ ਅਤੇ ਇਸ ਤੋਂ ਇਲਾਵਾ ਇੱਕ ਜਿਹੜੀ ਉਹਨਾਂ ਨੂੰ ਲਾਈਸੈਂਸਡ ਗਨ ਇਸ਼ੂ ਹੋਈ ਹੋਈ ਸੀਗੀ 12 ਬੋਰ ਦੀ, ਉਹ ਚੋਰੀ ਕੀਤੀ ਗਈ। ਚੋਰ ਜਿਹੜੇ ਹੈਗੇ ਨੇ ਉਹਦੇ ਜਿਹੜੀ ਮੇਨ ਬਿਲਡਿੰਗ ਸੀ ਉਹਦੇ ਨਾਲ ਹੀ ਲੱਗਦਾ ਹੋਇਆ ਇੱਕ ਬਾਥਰੂਮ ਸੀ, ਬਾਥਰੂਮ ਦੀ ਗ੍ਰਿਲ ਤੋੜ ਕੇ ਅੰਦਰ ਵੜੇ ਸਨ ਅਤੇ ਉਹਨਾਂ ਨੇ ਇਹ ਚੋਰੀ ਕਰਕੇ ਇਹ 3 ਚੀਜ਼ਾਂ ਲੈ ਕੇ ਗਏ ਸਨ। ਇਸ ਤੋਂ ਇਲਾਵਾ DVR ਜਿਹੜਾ ਸੀਗਾ ਉਹ ਵੀ ਉਹ ਮੌਕੇ ਦੇ ਉੱਪਰ ਆਪਣੇ ਨਾਲ ਲੈ ਗਏ। ਇਹਦੀ ਤਫਤੀਸ਼ ਕਰਦੇ ਹੋਏ ਆਪਣੇ SPD ਸਾਹਿਬ ਦੀ ਰਹਿਨੁਮਾਈ ਹੇਠ ਇਹਨਾਂ ਦੀ ਗਾਈਡੈਂਸ ਦੇ ਵਿੱਚ ਇੰਚਾਰਜ CAA ਵੱਲੋਂ ਬਹੁਤ ਮਿਹਨਤ ਕਰਕੇ ਇਹ ਜਿਹੜੇ ਹੈਗੇ ਲੋਕ ਸਾਰੇ ਅਰੈਸਟ ਕੀਤੇ ਗਏ ਹਨ। ਇਹਨਾਂ ਦੇ ਵਿੱਚ 2 ਲੋਕ ਹੁਣ ਤੱਕ ਫੜੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਇੱਕ ਜਿਹੜਾ ਅਕਿਊਜ਼ਡ ਹੈ ਜਿਹਦਾ ਨਾਮ ਆਕਾਸ਼ਜੋਤ ਹੈ, ਆਕਾਸ਼ਜੋਤ ਇਲੀਅਸ ਆਕਾਸ਼, ਇਹਦੇ ਉੱਪਰ ਪਹਿਲੇ ਵੀ ਚੋਰੀ ਦੇ ਪਰਚੇ ਹੈਗੇ ਨੇ ਬਰਨਾਲਾ ਅਤੇ ਸਮਾਸਰ ਥਾਣੇ ਦੇ ਵਿੱਚ। ਅਤੇ ਇਹਨਾਂ ਦੇ ਕੋਲੋਂ ਹੁਣ ਤੱਕ ਜਿਹੜੇ 2 ਲੈਪਟਾਪ HP ਦੇ ਚੋਰੀ ਕੀਤੇ ਗਏ ਸਨ ਉਹ ਵੀ ਬਰਾਮਦ ਹੋ ਗਏ ਨੇ, ਅਤੇ ਇਸ ਤੋਂ ਇਲਾਵਾ ਜਿਹੜੀ ਕਿ 12 ਬੋਰ ਦੀ ਜਿਹੜੀ ਗਨ ਸੀਗੀ ਉਹ ਵੀ ਬਰਾਮਦ ਹੁਣ ਤੱਕ ਹੋ ਚੁੱਕੀ ਹੈ। ਸਰ ਕਿੰਨੇ ਜਾਣੇ ਸੀ ਟੋਟਲ? ਇਹ ਟੋਟਲ 3 ਲੋਕ ਸੀਗੇ, ਇਹਨਾਂ ਦੇ ਨਾਲ ਇਹਨਾਂ ਦਾ ਇੱਕ ਹੋਰ ਸਾਥੀ ਹੈ ਜਿਹੜਾ ਕਿ ਹਜੇ ਪਕੌੜਾ ਹੈ, ਉਹਨੂੰ ਵੀ ਅਰੈਸਟ ਕਰ ਲਿਆ। ਇੱਕ ਜਿਹੜਾ ਹੈਗਾ ਲੜਕਾ ਆਪਣਾ ਉਹ ਸਦਰ ਮੋਗੇ ਦਾ ਹੀ ਰਹਿਣ ਵਾਲਾ ਹੈਗਾ, ਅਤੇ ਦੂਸਰਾ ਜਿਹੜਾ ਹੈਗਾ ਉਹ ਵੀ ਪਿੰਡ ਸੰਧੂਆਂ ਦਾ ਸਦਰ ਮੋਗੇ ਦਾ ਹੀ ਰਹਿਣ ਵਾਲਾ ਹੈ। ਸਰ ਇਹਨਾਂ ਦੀ ਕੀ ਹਿਸਟਰੀ ਇਸ ਵੱਲੋਂ ਕੀਤਾ ਤੋਂ? ਇੱਕ ਜਿਹੜਾ ਲੜਕਾ ਆਕਾਸ਼ ਹੈ, ਮੈਂ ਜਿਵੇਂ ਆਪਦੀ ਦੱਸ ਰਿਹਾ ਸੀ, ਇਹਦੇ ਉੱਪਰ 2 ਮੁਕੱਦਮੇ ਪਹਿਲੇ ਹੈਗੇ ਨੇ, ਇੱਕ ਬਰਨਾਲਾ ਦੇ ਵਿੱਚ ਮੁਕੱਦਮਾ ਹੈਗਾ ਅਤੇ ਇੱਕ ਇਹਦੇ ਵਿੱਚ ਇਹਦੇ ਉੱਪਰ ਸਮਾਸਰ ਸਰ ਥਾਣੇ ਦੇ ਵਿੱਚ ਤੀਸਰੇ ਦਾ ਹੈ। ਕੀ ਨਾਮ ਹੈ ਅਤੇ ਕਿੱਥੋਂ ਦਾ ਰਹਿਣ ਵਾਲਾ? ਇਹ ਵੀ ਲੋਕਲ ਹੈ, ਮੈਂ ਨਾਮ ਹਜੇ ਨਹੀਂ ਦੱਸਣਾ ਚਾਹਾਂਗਾ, ਇੱਕ ਵਾਰੀ ਉਹਦੀ ਅਰੈਸਟ ਹੋ ਜਾਏ ਉਹ ਤੋਂ ਬਾਅਦ ਆਪ ਜੀ ਨੂੰ ਬਾਰੇ ਬਰੀਫ ਕਰ ਦਿਆ। ਚੋਰੀ ਦਾ ਮੋਟਿਵ ਕੀ ਆ ਰਿਹਾ? ਚੋਰੀ ਹੀ ਸੀਗਾ, ਇਹਨਾਂ ਦਾ ਪਰਪਸ ਇਹੀ ਸੀਗਾ। ਉਹਨਾਂ ਨੂੰ ਕੈਸ਼ ਨਹੀਂ ਮਿਲਿਆ, ਲੈਪਟਾਪ ਲੈ ਕੇ, ਗਨ ਲੈ ਕੇ, ਕੋਈ ਗਨ ਦੇ ਨਾਲ ਕਿਤੇ ਹੋਰ ਵਾਰਦਾਤ ਕਰਨੀ ਹੋ? ਇਹਨਾਂ ਦਾ ਪਰਪਸ ਇਹ ਸੀਗਾ ਗਨ ਨੂੰ ਵੇਚਣਾ, ਅੱਗੇ ਜਾਂਦਾ ਸੀਗੇ ਅਤੇ ਆਪਣਾ ਇਹਨਾਂ ਨੇ ਗਨ ਵੇਚ ਕੇ ਇਹਨਾਂ ਨੇ ਪੈਸੇ ਇਹਨਾਂ ਨੇ ਇਕੱਠੇ ਕਰਨ ਦੀ ਕੋਸ਼ਿਸ਼ ਸੀ। ਬੈਂਕ ਦਾ ਸੇਫ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ? ਸੇਫ ਵੀ ਇਹਨਾਂ ਬਹੁਤ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ, ਬਟ ਇਹਨਾਂ ਤੋਂ ਟੁੱਟ ਨਹੀਂ ਸਕਿਆ ਸੀ। ਨਹੀਂ, ਹਜੇ ਤੱਕ ਐਸੀ ਕੋਈ ਗੱਲ ਸਾਹਮਣੇ, ਸਾਰੀ ਰਿਕਵਰੀ ਹੋ ਗਈ, ਸਾਰੀ ਰਿਕਵਰੀ ਹੋ ਚੁੱਕੀ ਹੈ, ਸਿਰਫ ਇੱਕ DVR ਜਿਹੜਾ ਹੈਗਾ ਉਹ ਬਰਾਮਦ ਕਰਿਆ ਰਹੇਗਾ। ਰਾਤ ਨੂੰ ਇੱਕ ਹੀ ਬਾਈ ਦੀ ਦਰਮਿਆਨੀ ਰਾਤ ਨੂੰ ਇੱਕ ਇੰਡਸਇੰਡ ਬੈਂਕ ਜਿਹੜਾ ਕਿ ਪਿੰਡ ਦਾਰਾਪੁਰ ਦੇ ਵਿੱਚ ਹੈ, ਥਾਣਾ ਸਦਰ ਮੋਗੇ ਦੇ ਵਿੱਚ, ਉਹਦੇ ਵਿੱਚ ਇੱਕ ਚੋਰੀ ਹੋਈ ਸੀ ਜਿਹਦੇ ਵਿੱਚ ਕਿ 2 ਲੈਪਟਾਪ HP ਮਾਰਕਾ ਅਤੇ ਇਸ ਤੋਂ ਇਲਾਵਾ ਇੱਕ ਜਿਹੜੀ ਉਹਨਾਂ ਨੂੰ ਲਾਈਸੈਂਸਡ ਗਨ ਇਸ਼ੂ ਹੋਈ ਹੋਈ ਸੀਗੀ 12 ਬੋਰ ਦੀ, ਉਹ ਚੋਰੀ ਕੀਤੀ ਗਈ। ਚੋਰ ਜਿਹੜੇ ਹੈਗੇ ਨੇ ਉਹਦੇ ਜਿਹੜੀ ਮੇਨ ਬਿਲਡਿੰਗ ਸੀ ਉਹਦੇ ਨਾਲ ਹੀ ਲੱਗਦਾ ਹੋਇਆ ਇੱਕ ਬਾਥਰੂਮ ਸੀ, ਬਾਥਰੂਮ ਦੀ ਗ੍ਰਿਲ ਤੋੜ ਕੇ ਅੰਦਰ ਵੜੇ ਸਨ ਅਤੇ ਉਹਨਾਂ ਨੇ ਇਹ ਚੋਰੀ ਕਰਕੇ ਇਹ 3 ਚੀਜ਼ਾਂ ਲੈ ਕੇ ਗਏ ਸਨ। ਇਸ ਤੋਂ ਇਲਾਵਾ DVR ਜਿਹੜਾ ਸੀਗਾ ਉਹ ਵੀ ਉਹ ਮੌਕੇ ਦੇ ਉੱਪਰ ਆਪਣੇ ਨਾਲ ਲੈ ਗਏ। ਇਹਦੀ ਤਫਤੀਸ਼ ਕਰਦੇ ਹੋਏ ਆਪਣੇ SPD ਸਾਹਿਬ ਦੀ ਰਹਿਨੁਮਾਈ ਹੇਠ ਇਹਨਾਂ ਦੀ ਗਾਈਡੈਂਸ ਦੇ ਵਿੱਚ ਇੰਚਾਰਜ CAA ਵੱਲੋਂ ਬਹੁਤ ਮਿਹਨਤ ਕਰਕੇ ਇਹ ਜਿਹੜੇ ਹੈਗੇ ਲੋਕ ਸਾਰੇ ਅਰੈਸਟ ਕੀਤੇ ਗਏ ਹਨ। ਇਹਨਾਂ ਦੇ ਵਿੱਚ 2 ਲੋਕ ਹੁਣ ਤੱਕ ਫੜੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਇੱਕ ਜਿਹੜਾ ਅਕਿਊਜ਼ਡ ਹੈ ਜਿਹਦਾ ਨਾਮ ਆਕਾਸ਼ਜੋਤ ਹੈ, ਆਕਾਸ਼ਜੋਤ ਇਲੀਅਸ ਆਕਾਸ਼, ਇਹਦੇ ਉੱਪਰ ਪਹਿਲੇ ਵੀ ਚੋਰੀ ਦੇ ਪਰਚੇ ਹੈਗੇ ਨੇ ਬਰਨਾਲਾ ਅਤੇ ਸਮਾਸਰ ਥਾਣੇ ਦੇ ਵਿੱਚ। ਅਤੇ ਇਹਨਾਂ ਦੇ ਕੋਲੋਂ ਹੁਣ ਤੱਕ ਜਿਹੜੇ 2 ਲੈਪਟਾਪ HP ਦੇ ਚੋਰੀ ਕੀਤੇ ਗਏ ਸਨ ਉਹ ਵੀ ਬਰਾਮਦ ਹੋ ਗਏ ਨੇ, ਅਤੇ ਇਸ ਤੋਂ ਇਲਾਵਾ ਜਿਹੜੀ ਕਿ 12 ਬੋਰ ਦੀ ਜਿਹੜੀ ਗਨ ਸੀਗੀ ਉਹ ਵੀ ਬਰਾਮਦ ਹੁਣ ਤੱਕ ਹੋ ਚੁੱਕੀ ਹੈਗੀ। ਸਰ ਕਿੰਨੇ ਜਾਣੇ ਸੀ ਟੋਟਲ? ਇਹ ਟੋਟਲ 3 ਲੋਕ ਸੀਗੇ, ਇਹਨਾਂ ਦੇ ਨਾਲ ਇਹਨਾਂ ਦਾ ਇੱਕ ਹੋਰ ਸਾਥੀ ਹੈ ਜਿਹੜਾ ਕਿ ਹਜੇ ਪਕੌੜਾ ਹੈ, ਉਹਨੂੰ ਵੀ ਅਰੈਸਟ ਕਰ ਲਿਆ। ਇੱਕ ਜਿਹੜਾ ਹੈਗਾ ਲੜਕਾ ਆਪਣਾ ਉਹ ਸਦਰ ਮੋਗੇ ਦਾ ਹੀ ਰਹਿਣ ਵਾਲਾ ਹੈਗਾ, ਅਤੇ ਦੂਸਰਾ ਜਿਹੜਾ ਹੈਗਾ ਉਹ ਵੀ ਪਿੰਡ ਸੰਧੂਆਂ ਦਾ ਸਦਰ ਮੋਗੇ ਦਾ ਹੀ ਰਹਿਣ ਵਾਲਾ ਹੈ। ਸਰ ਇਹਨਾਂ ਦੀ ਕੀ ਹਿਸਟਰੀ ਇਸ ਵੱਲੋਂ ਕੀਤਾ ਤੋਂ? ਇੱਕ ਜਿਹੜਾ ਲੜਕਾ ਆਕਾਸ਼ ਹੈ, ਮੈਂ ਜਿਵੇਂ ਆਪਦੀ ਦੱਸ ਰਿਹਾ ਸੀ, ਇਹਦੇ ਉੱਪਰ 2 ਮੁਕੱਦਮੇ ਪਹਿਲੇ ਹੈਗੇ ਨੇ, ਇੱਕ ਬਰਨਾਲਾ ਦੇ ਵਿੱਚ ਮੁਕੱਦਮਾ ਹੈਗਾ ਅਤੇ ਇੱਕ ਇਹਦੇ ਵਿੱਚ ਇਹਦੇ ਉੱਪਰ ਸਮਾਸਰ ਸਰ ਤੀਸਰੇ ਦਾ ਕੀ ਨਾਮ ਹੈ ਅਤੇ ਕਿੱਥੋਂ ਦਾ ਰਹਿਣ ਵਾਲਾ? ਇਹ ਵੀ ਲੋਕਲ ਹੈ, ਮੈਂ ਨਾਮ ਹਜੇ ਨਹੀਂ ਦੱਸਣਾ ਚਾਹਾਂਗਾ, ਇੱਕ ਵਾਰੀ ਉਹਦੀ ਅਰੈਸਟ ਹੋ ਜਾਏ ਉਸ ਤੋਂ ਬਾਅਦ ਆਪ ਜੀ ਨੂੰ ਬਾਰੇ ਬਰੀਫ ਕਰ ਦਿਆ। ਜਿਸ ਤੋਂ ਉਹਦੀ ਦਾ ਮੋਟਿਵ ਕੀ ਆ ਰਿਹਾ ਜੀ?
ਚੋਰੀ ਦਾ ਮੋਟਿਵ ਚੋਰੀ ਦਾ ਮੋਟਿਵ ਚੋਰੀ ਹੀ ਸੀਗਾ, ਇਹਨਾਂ ਦਾ ਪਰਪਸ ਇਹੀ ਜਿਵੇਂ ਸੀਗਾ। ਉਹਨਾਂ ਨੂੰ ਕੈਸ਼ ਨਹੀਂ ਮਿਲਿਆ, ਲੈਪਟਾਪ ਲੈ ਕੇ ਗਨ ਲੈ ਕੇ ਕੋਈ ਗਨ ਦੇ ਨਾਲ ਕਿਤੇ ਹੋਰ ਵਾਰਦਾਤ ਕਰਨੀ ਹੋ, ਇਹਨਾਂ ਦਾ ਪਰਪਸ ਇਹ ਸੀਗਾ ਗਨ ਨੂੰ ਵੇਚਣਾ ਅੱਗੇ ਚਾਹੁੰਦਾ ਸੀਗੇ, ਅਤੇ ਆਪਣਾ ਇਹਨਾਂ ਨੇ ਗਨ ਵੇਚ ਕੇ ਇਹਨਾਂ ਨੇ ਪੈਸੇ ਇਹਨਾਂ ਨੇ ਇਕੱਠੇ ਕਰਨ ਦੀ ਕੋਸ਼ਿਸ਼ ਸੀ। ਸਰ ਬੈਂਕ ਦਾ ਸੇਫ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਇਹਨਾਂ ਨੇ? ਸੇਫ ਵੀ ਇਹਨਾਂ ਬੜਾ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ, ਬਟ ਇਹਨਾਂ ਤੋਂ ਟੁੱਟ ਨਹੀਂ ਸਕਿਆ ਸੀ। ਨਸ਼ਾ ਕਰਦੇ ਆ ਜੀ? ਨਹੀਂ, ਹਜੇ ਤੱਕ ਐਸੀ ਕੋਈ ਗੱਲ ਸਾਰੀ ਰਿਕਵਰੀ ਹੋ ਗਈ, ਸਾਰੀ ਰਿਕਵਰੀ ਹੋ ਚੁੱਕੀ ਹੈ, ਸਿਰਫ ਇੱਕ DVR ਜਿਹੜਾ ਹੈਗਾ ਉਹ ਬਰਾਬਰ ਕਰਦਾ ਰਹੇਗਾ।